ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਵੱਲੋਂ ਚਲਾਏ ਗਏ ਨਸ਼ਿਆਂ ਦੇ ਖਿਲਾਫ਼ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਵੱਲੋਂ ਵੱਖ ਵੱਖ ਥਾਵਾਂ 'ਤੇ ਇੱਕ ਵਿਅਕਤੀ ਤੋਂ 2 ਕਿਲੋ ਅਫੀਮ ਅਤੇ 1 ਵਿਅਕਤੀ ਤੋਂ 92 ਗ੍ਰਾਮ ਹੈਰੋਇਨ ਬਰਾਮਦ ਹੋਈ। DSP ਬੱਸੀ ਪਠਾਣਾ ਮੋਹਿਤ ਸਿੰਗਲਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਅਫਸਰ ਥਾਣਾ ਬੱਸੀ ਪਠਾਣਾ ਨਰਪਿੰਦਰਪਾਲ ਸਿੰਘ ਵੱਲੋਂ ਵੱਖ ਵੱਖ ਥਾਵਾਂ 'ਤੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਨਾਕਾਬੰਦੀ ਕਰਵਾਈ ਗਈ ਸੀ, ਜਿਸ ਦੌਰਾਨ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਬੱਸੀ ਪਠਾਣਾ ਪੁਲਿਸ ਥਾਣਾ ਦੇ ਮੁਖੀ ਨਰਿੰਦਰਪਾਲ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਗਈ ਨਾਕਾਬੰਦੀ ਦੌਰਾਨ ਟੀ ਪੁਆਇੰਟ ਸ਼ਹੀਦਗੜ੍ਹ ਵਿਖੇ ਮੋਟਰਸਾਈਕਲ 'ਤੇ ਆਉਂਦੇ ਵਿਅਕਤੀ ਦੀ ਲਈ ਗਈ ਤਲਾਸ਼ੀ ਦੌਰਾਨ ਉਸ ਪਾਸੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ, ਜਿਸ ਦੀ ਪਹਿਚਾਣ ਹਰਪ੍ਰੀਤ ਸਿੰਘ ਹੈਪੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਇਹ ਵਿਅਕਤੀ ਅਫੀਮ ਵੇਚਣ ਦੀ ਮਨਸ਼ਾ ਨਾਲ ਲੈ ਕੇ ਆਇਆ ਸੀ ਅਤੇ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਵੱਲੋਂ ਕਿੱਥੋਂ ਇਹ ਅਫੀਮ ਲਿਆਂਦੀ ਗਈ ਅਤੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਸਿੰਘਪੁਰ ਮੁਹੱਲਾ ਜਲਖੇੜਾ ਬਾਈਪਾਸ ਰੋਡ 'ਤੇ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਪਾਸੋਂ 92 ਗ੍ਰਾਮ ਹੈਰੋਇਨ ਪ੍ਰਾਪਤ ਕੀਤੀ ਗਈ ਹੈ, ਜਿਸ ਦੀ ਪਹਿਚਾਣ ਜ਼ਿਲ੍ਹਾ ਫਿਰੋਜ਼ਪੁਰ ਦੇ ਚੇਤਨ ਸ਼ਰਮਾ ਵਜੋਂ ਹੋਈ ਹੈ, ਜਿਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਨਯੋਗ CM ਸਾਹਿਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਤੇ ਮਾਨਯੋਗ DGP ਸਾਹਿਬ ਅਤੇ ਸਾਡੇ ਮਾਨਯੋਗ SSP ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਸ਼ਿਆਂ ਦੇ ਵਿਰੁੱਧ ਜਿਹੜੀ ਪੰਜਾਬ ਪੁਲਿਸ ਮੁਹਿੰਮ ਚਲਾ ਰਹੀ ਹੈ, ਉਸ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਬੱਸੀ ਪਠਾਣਾ ਪੁਲਿਸ ਸਟੇਸ਼ਨ ਦੇ ਵਿੱਚ ਬਹੁਤ ਬੜੀ ਸਫਲਤਾ ਮਿਲੀ ਹੈ। ਕੱਲ੍ਹ 4 ਤਰੀਕ ਨੂੰ ਅਸੀਂ 2 FIRs ਰਜਿਸਟਰ ਕੀਤੀਆਂ ਨੇ ਜੀ। ਇਹਦੇ ਵਿੱਚ ਪਹਿਲੀ ਜਿਹੜੀ FIR ਹੈ ਸਾਡੀ 9/24 ਹੈ। ਇਹਦੇ ਵਿੱਚ ਪੁਲਿਸ ਪਾਰਟੀ ਨੂੰ ਰਾਤੀ 12:00 ਕਰੀਬ 10 ਮਿੰਟ ਦੇ ਉੱਤੇ ਇੱਕ ਸ਼ੱਕੀ ਮੋਟਰਸਾਈਕਲ ਦੇ ਉੱਤੇ ਇੱਕ ਵਿਅਕਤੀ ਮਿਲਿਆ ਸੀ। ਮੋਟਰਸਾਈਕਲ ਇਹ ਜਿਹੜਾ ਨਾਕਾ ਟੀ ਪੁਆਇੰਟ ਸ਼ਹੀਦਗੜ੍ਹ 'ਤੇ ਲੱਗਿਆ ਹੋਇਆ, ਉੱਥੇ ਉਹਨਾਂ ਨੇ ਰਾਊਂਡ ਅਪ ਕੀਤਾ ਅਤੇ ਬੰਦੇ ਦੇ ਕੋਲੋਂ ਉਹਦੇ ਕੋਲ 2 ਕਿਲੋ ਅਫੀਮ ਜਿਹੜੀ ਆ ਉਹ ਬਰਾਮਦ ਹੋਈ ਹੈ। 9/24 ਇਹ FIR ਦਿੱਤੀ ਗਈ ਹੈ ਜੀ। ਇਸ ਤੋਂ ਇਲਾਵਾ ਕੱਲ੍ਹ ਹੀ ਸ਼ਾਮ ਨੂੰ 10/24 FIR ਰਜਿਸਟਰ ਕੀਤੀ ਗਈ ਹੈ, ਜਿਹਦੇ ਵਿੱਚ ਇੱਕ ਪੈਦਲ ਵਿਅਕਤੀ ਵੱਲੋਂ ਸ਼ੱਕੀ ਜਿਹੜਾ ਵਿਅਕਤੀ ਸਾਨੂੰ ਮਿਲਿਆ ਰਾਊਂਡ ਅਪ ਕੀਤਾ, ਉਹਦੇ ਕੋਲੋਂ 92 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ। ਸਰ ਇਹਨਾਂ 'ਤੇ ਪਹਿਲਾਂ ਵੀ ਕੋਈ ਪਰਚਾ ਸੀ? ਦੋਨਾਂ ਕੇਸਾਂ ਦੇ ਵਿੱਚ 1-1 ਦੋਸ਼ੀ ਹੈ ਜੋ ਅਸੀਂ ਰਾਊਂਡ ਅਪ ਕੀਤਾ ਹੈਗਾ। ਜੋ ਪਹਿਲਾ ਮੁਕੱਦਮਾ ਹੈ 9/24 ਇਹਦੇ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਛੱਤਰ ਸਿੰਘ ਹੈ ਜੀ, ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ। ਇਹ ਅਸੀਂ ਰਾਊਂਡ ਅਪ ਕੀਤਾ, ਇਹਦੇ ਕੋਲੋਂ 2 ਕਿਲੋ ਅਫੀਮ ਮਿਲੀ ਹੈ ਜੀ। ਅਤੇ ਜਿਹੜਾ ਦੂਸਰਾ ਮੁਕੱਦਮਾ ਹੈ ਕੇਤਨ ਸ਼ਰਮਾ ਪੁੱਤਰ ਕਰਨ ਹੈ, ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਇਹਦੇ ਕੋਲ 92 ਗ੍ਰਾਮ ਹੈਰੋਇਨ ਮਿਲੀ ਹੈ। ਇਹ ਜੀ ਮੁੱਢਲੀ ਤਫਤੀਸ਼ ਤਾਂ ਇਹੀ ਹੈ ਵੀ ਵੇਚਣ ਵਾਸਤੇ ਲੈ ਕੇ ਆਉਂਦੇ ਸੀ, ਬਾਕੀ ਅਸੀਂ ਹਜੇ ਤਫਤੀਸ਼ ਇਹਦੀ ਕਰ ਰਹੇ ਹਾਂ। ਜੋ ਵੀ ਅੱਗੇ ਇਹਦੀ ਫਾਈਂਡਿੰਗਸ ਆਉਣਗੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਲਵਾਂਗੇ। ਗ੍ਰਿਫਤਾਰੀ ਹੋ ਗਈ? ਹਾਂਜੀ, ਗ੍ਰਿਫਤਾਰੀ ਇਹਨਾਂ 2 ਬੰਦਿਆਂ ਦੀ ਹੋ ਗਈ।